ਅੱਜ ਸਮਾਣਾ ਵਿਖੇ ਵਿਧਾਇਕ ਕਾਕਾ ਰਜਿੰਦਰ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਵੱਲੋਂ 2 ਕਰੋੜ ਰੁਪਏ ਖਰਚ ਕਰਕੇ ਅਤਿ ਆਧੁਨਿਕ ਢੰਗ ਤਰੀਕਿਆਂ ਨਾਲ ਕੂੜੇ ਦੇ ਨਿਪਟਾਰੇ ਲਈ ਇੱਕ ਨਮੂਨੇ ਦੀ ਡੰਪ ਸੈਨੇਟਰੀ ਲੈਡ ਫਿਲ ਸਾਈਟ ਵਜੋਂ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ 5 ਕਰੋੜ ਦੀ ਲਾਗਤ ਨਾਲ ਲਗਾਈਆਂ ਜਾਣ ਵਾਲੀਆਂ LED ਸਟਰੀਟ ਲਾਈਟਾਂ ਦੇ ਪ੍ਰੋਜੈਕਟ ਦੀ ਵੀ ਸ਼ੁਰੂਆਤ ਕਰਵਾਈ ਗਈ। ਵਿਧਾਇਕ ਕਾਕਾ ਰਜਿੰਦਰ ਸਿੰਘ ਨੇ ਇਸ ਮੌਕੇ 9 ਵੱਖ-ਵੱਖ ਥਾਵਾਂ ਤੇ 10 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ CCTV ਕੈਮਰਿਆਂ ਦੀ ਵੀ ਸ਼ੁਰੂਆਤ ਕਰਵਾਈ। ਇਸ ਮੌਕੇ PPSC ਦੇ ਸਾਬਕਾ ਮੈਂਬਰ ਮੈਡਮ ਰਵਿੰਦਰ ਕੌਰ, ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ, ਕਮਿਸ਼ਨਰ ਨਗਰ ਨਿਗਮ ਪਟਿਆਲਾ ਸ਼੍ਰੀਮਤੀ ਪੂਨਮਦੀਪ ਕੌਰ, ਸਥਾਨਕ ਵਿਭਾਗ ਦੇ ਖੇਤਰੀ ਡਿਪਟੀ ਡਾਇਰੈਕਟਰ ਜਸ਼ਨਪ੍ਰੀਤ ਕੌਰ ਗਿੱਲ ਵੀ ਮੌਜੂਦ ਰਹੇ। ਸੈਨੇਟਰੀ ਲੈਡਫਿਲ ਸਾਈਟ, ਜਿਸ ਨੂੰ ਇੱਕ ਖੂਬਸੂਰਤ ਸੈਰਗਾਹ ਵਜੋਂ ਵੀ ਵਿਕਸਿਤ ਕੀਤਾ ਜਾ ਰਿਹਾ ਹੈ, ਇਕੱਠ ਨੂੰ ਸੰਬੋਧਨ ਕਰਦਿਆਂ ਕਾਕਾ ਹਰਜਿੰਦਰ ਸਿੰਘ ਨੇ ਕਿਹਾ ਕਿ ਜਲਦ ਹੀ ਇੱਥੇ ਇੱਕ ਨਵਾਂ ਸਟੇਡੀਅਮ ਵੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਨਿਵਾਸੀਆਂ ਨੂੰ ਰਾਤ ਸਮੇਂ ਬਿਹਤਰ ਸਹੂਲਤਾਂ ਦੇਣ ਲਈ 10,000 LED ਲਾਈਟਾਂ ਸ਼ਹਿਰ ਵਿੱਚ ਲਗਾਈਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਮਿੱਤ ਨੇ ਲੋਕਾਂ ਨੂੰ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਵੀ ਪ੍ਰੇਰਿਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਹਾਂਮਾਰੀਆਂ ਤੋਂ ਛੁਟਕਾਰਾ ਮਿਲ ਸਕੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਘੱਗਰ ਵਿੱਚ ਪੈਣ ਵਾਲੀਆਂ ਨਦੀਆਂ ਅਤੇ ਬਰਸਾਤੀ ਨਾਲਿਆਂ 'ਤੇ ਵਿਸ਼ੇਸ਼ ਫੰਡ ਖਰਚ ਕੀਤੇ ਜਾ ਰਹੇ ਹਨ। SGM ਸਮਾਣਾ ਨਮਨ ਮਰਕਨ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ 15 ਲੱਖ ਰੁਪਏ ਦੀ ਲਾਗਤ ਨਾਲ ਆਪਣੇ ਰਿਕਾਰਡ ਅਤੇ ਸੇਵਾਵਾਂ ਦੇਣ ਲਈ 2 ਮੰਜ਼ਿਲ 'ਤੇ ਨਵੇਂ ਕਮਰੇ ਵੀ ਤਿਆਰ ਕੀਤੇ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ DSP ਜਸਵੰਤ ਸਿੰਘ ਮੰਗਟ, ਤਹਿਸੀਲਦਾਰ ਸੰਦੀਪ ਸਿੰਘ, ਕਾਰਜ ਸਾਧਕ ਅਫਸਰ ਰਜੇਸ਼ ਸ਼ਰਮਾ, ਪ੍ਰਦਮਨ ਸਿੰਘ ਵਿਰਕ, ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਜੀਵਨ ਗਰਗ, ਚੇਅਰਮੈਨ ਸੋਨੀ ਸਿੰਘ, SMO ਸਤਿੰਦਰਪਾਲ ਸਿੰਘ, ਅਸ਼ਵਨੀ ਗੁਪਤਾ, ਸੰਦੀਪ ਲੂੰਬਾ, ਰਾਜੂ ਸਚਦੇਵਾ, ਸ਼ੰਕਰ ਜਿੰਦਲ, ਪਵਨ ਬਾਂਸਲ, ਪ੍ਰਦੀਪ ਸ਼ਰਮਾ, ਦੀਪੂ ਬਾਲੀ, ਪ੍ਰਮੋਦ ਸਿੰਗਲਾ, ਦਮਨ ਭੱਲਾ, ਬੋਬੀ ਕੁਮਾਰ ਸਨੈਂਟੀ ਅਫਸਰ, ਸੋਨੂ ਕਲਿਆਣ, ਜਸਵਿੰਦਰ ਸਿੰਘ ਕਾਲਿਕਾ, ਸਿਟੀ ਇੰਚਾਰਜ ਕਰਨਵੀਰ ਸਿੰਘ, ਕਰਮਾ ਸਮਾਣਾ, ਸ਼ਿਵ ਕੁਮਾਰ ਘੱਗਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਅਸੀਂ ਦੇਖ ਰੇਖ ਅਸੀਂ ਖੁਦ ਕਰਨੀ ਹੈ। DC ਸਾਹਿਬ ਨੇ ਸੱਦਾ ਵੀ ਦਿੱਤਾ ਸਾਨੂੰ ਕਿ ਅਸੀਂ ਜੋ ਸਾਡੇ ਕੰਮ ਸਾਡੇ MLA ਸਾਹਿਬ, ਸਾਡੇ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ, ਸਾਡੇ ਕਾਰਪੋਰੇਸ਼ਨ ਪਟਿਆਲਾ ਤੋਂ ਕਮਿਸ਼ਨਰ ਮੈਮ ਤੇ ਸਾਡੇ ਰੀਜਨਲ ਡਿਪਟੀ ਡਾਇਰੈਕਟਰ ਲੋਕਲ ਗਵਰਨਮੈਂਟ ਪਟਿਆਲਾ ਜਸ਼ਨ ਮੈਮ, ਉਸ ਤੋਂ ਬਾਅਦ ਮੈਡਮ MLA ਸਾਡੀ ਭੈਣ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਐਡਮਿਨਿਸਟ੍ਰੇਟਰ ਕਮ SDM ਸਮਾਣਾ ਸ਼੍ਰੀ ਨਮਨ ਮੜਕਨ ਜੀ, DSP ਸਮਾਣਾ, SSP ਸਾਹਿਬ ਨੇ ਆਉਣਾ ਸੀ ਕਿਸੇ ਨੂੰ ਜਿਵੇਂ ਕਰਕੇ ਉਹ ਆ ਨਹੀਂ ਸਕੇ। ਅਸੀਂ ਤਾਂ ਬਹੁਤ ਹੀ ਧੰਨਵਾਦ ਕਰਦੇ ਹਾਂ ਕਿ ਇੰਨੀਆਂ ਜ਼ਿਆਦਾ ਡਿਗਨਿਟੀਜ਼ ਆਪਣੇ ਸ਼ਹਿਰ ਸਮਾਣਾ ਜਾਈਆਂ, ਇਹਨਾਂ ਦਾ ਸਮਾਣਾ ਤੇ ਆਪਾਂ ਸਾਰੇ ਇੱਕ ਤਾੜੀ ਨਾਲ ਇਹਨਾਂ ਦਾ ਸਵਾਗਤ ਕਰੀਏ। ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਜੀ, ਕਮਿਸ਼ਨਰ ਨਗਰ ਨਿਗਮ ਪਟਿਆਲਾ ਮੈਡਮ ਪੂਨਮਦੀਪ ਕੌਰ ਜੀ, ਮੈਡਮ ਜਸ਼ਨਪ੍ਰੀਤ ਕੌਰ ਗਿੱਲ ਜੀ, ਸਾਫ ਸਫਾਈ ਚੰਗੀ ਹੁੰਦੀਆਂ ਸੀਗੀਆਂ, ਬਟ ਆਪਾਂ ਆਪਣੇ ਵਿਰਾਸਤ ਚ ਬੱਚਿਆਂ ਨੂੰ ਕੀ ਲੈਕੇ ਜਾ ਰਹੇ ਹਾਂ। ਬਿਮਾਰੀ ਆਪਾਂ ਕਦੀ ਸੁਣਿਆ ਨੀ, ਕੋਵਿਡ ਹੁੰਦਾ, ਸਵਾਈਨ ਫਲੂ ਹੁੰਦਾ, ਇਸ ਤਰ੍ਹਾਂ ਦੀ ਬਿਮਾਰੀ ਮਹਾਮਾਰੀ ਜਿਹੜੀ ਆਉਣ ਵਾਲੇ 10-20-25 ਸਾਲ ਬਾਅਦ ਜਦੋਂ ਅਸੀਂ ਨਹੀਂ ਰਵਾਂਗੇ, ਅਸੀਂ ਆਪਣੇ ਬੱਚਿਆਂ ਕੋ ਵਿਰਾਸਤ ਚ ਕੀ ਲੈਕੇ ਜਾ ਰਹੇ ਆਪਾਂ ਨੂੰ ਸੋਚਣਾ ਪੈਣਾ। ਤੋ ਆਜ ਤੋਂ ਹੀ ਅਗਰ ਇਸ ਤਰ੍ਹਾਂ ਦੀ ਅਹਿਮ ਪਹਿਲ ਨਗਰ ਕੌਂਸਲ ਵੱਲੋਂ, MLA ਸਾਹਿਬ ਵੱਲੋਂ, ਐਡਮਿਨਿਸਟ੍ਰੇਸ਼ਨ ਵੱਲੋਂ, ਤੁਹਾਡੇ ਵੱਲੋਂ ਅਗਰ ਇਹ ਕੀਤਾ ਜਾ ਰਿਹਾ, ਤੁਹਾਡੇ ਲਈ, ਤੁਹਾਡੀ ਆਉਣ ਵਾਲੀ ਜਨਰੇਸ਼ਨ ਦੇ ਲਈ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਅਸੀਂ ਆਪਣੇ ਆਲੇ ਦੁਆਲਾ ਸਾਫ ਰੱਖੋ,
पांच करोड़ रुपया से उदो ला के सड़क गलियां बनाने की कोशिश की है। 177 असी काम उस तो बाद शुरू किए हैं। पुल की गल कर लियो, बाईपास की गल कर लियो, साडे बुलारियां ने कई मंगा कीतियां और मैं उन्होंने दसना चाहना यह ऑलरेडी मंगा सरकार के ध्यान च ने ते ऑलमोस्ट पास हो चुकी हैं। जो फोर लाइनिंग फतेहपुर तो लैके सुबाणे की गल कर लियो, जौहरी साहब ने गल की है, साडा बाईपास पिछे ऑलमोस्ट फाइनल हो चुकिया, साडा ते साडा बंदा बहादुर तो अगे फोर लाइनिंग का काम स्टार्ट हो चुकिया। बहुत बड़ा विकास डिवेलपमेंट